ਨਾਜ਼ਰ ਹੋਣ ਵਾਲਾ ਕੁਰਾਨ ਮੇਰੇ ਤੁਹਾਡੇ ਪੀਰ ਮੁਰਸ਼ਦ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਸੀਮੇ ਪਾਕ ਤੇ ਆਉਣ ਵਾਲਾ ਕੁਰਾਨ। ਅੱਲਾ ਫਰਮਾਉਂਦੇ ਨੇ, ਮਹਿਬੂਬ ਸੋਹਣਿਆ ਇਹਨਾਂ ਲੋਕਾਂ ਨੂੰ ਦੱਸ ਦਿਓ ਕਿ ਤੁਸੀਂ ਆਪਣੇ ਰੱਬ ਨੂੰ ਕਿਵੇਂ ਰਾਜ਼ੀ ਕਰ ਸਕਦੇ ਹੋ, ਤੁਸੀਂ ਆਪਣੇ ਰੱਬ ਨੂੰ ਕਿਵੇਂ ਮਨਾ ਸਕਦੇ ਹੋ, ਤੁਸੀਂ ਆਪਣੇ ਰੱਬ ਦੀਆਂ ਖੁਸ਼ਨੂਦੀਆਂ ਕਿਵੇਂ ਹਾਸਲ ਕਰ ਸਕਦੇ ਹੋ। ਕਿਉਂਕਿ ਅੱਲਾ ਪਾਕ ਨੂੰ ਉਹ ਬੰਦਾ ਬੜਾ ਪਿਆਰਾ ਲੱਗਦਾ ਏ ਜਿਹੜਾ ਬੰਦਾ ਗੁਨਾਹ ਕਰੇ ਫਿਰ ਗੁਨਾਹ ਤੋਂ ਬਾਅਦ ਅੱਲਾ ਪਾਕ ਕੋਲੋਂ ਮਾਫੀਆਂ ਮੰਗਣ ਵਾਲਾ ਬਣ ਜਾਏ। ਯਾਨੀ ਕਿ ਜਿਹੜਾ ਬੰਦਾ ਜਹਾਲਤ ਦੇ ਅੰਦਰ ਗੁਨਾਹ ਕਰ ਲੈਂਦਾ ਏ, ਇਸ ਗੁਨਾਹ ਤੇ ਇਤਰਾਂਦਾ ਨਹੀਂ, ਇਸ ਗੁਨਾਹ ਤੇ ਫਖਰ ਨਹੀਂ ਕਰਦਾ, ਬਲਕਿ ਇਸ ਗੁਨਾਹ ਤੇ ਨਾਦਮ ਹੋ ਕੇ ਆਪਣੇ ਰੱਬ ਕੋਲੋਂ ਮਾਫੀਆਂ ਮੰਗਦਾ ਏ। ਇਹੋ ਜੇ ਬੰਦੇ ਨੂੰ ਅੱਲਾ ਪਾਕ ਫਿਰ ਐਸਾ ਹੀ ਇਨਾਮ ਤੇ ਕਰਾਮ ਕਰਦੇ ਨੇ। ਅੱਲਾ ਪਾਕ ਨੂੰ ਇਹ ਬੰਦਾ ਇੰਨਾ ਪਿਆਰਾ ਲੱਗਦਾ ਏ ਕਿ ਅਰਸ਼ ਵਾਲਾ ਰੱਬ ਇਹਦੇ ਬਾਰੇ ਐਲਾਨ ਕਰ ਦਿੰਦੇ ਨੇ, ਐ ਮੇਰੇ ਮਹਿਬੂਬ ਪੈਗੰਬਰ ਐਲਾਨ ਕਰ ਦਿਓ ਕਿ ਇਸ ਬੰਦੇ ਨੂੰ ਅਰਸ਼ ਵਾਲੇ ਰੱਬ ਨੇ ਮੁਆਫ ਕਰ ਛੱਡਿਆ ਏ, ਇਸ ਬੰਦੇ ਨੂੰ ਮਾਫੀਆਂ ਮਿਲ ਜਾਣਗੀਆਂ। ਅੱਲਾ ਪਾਕ ਦਾ ਕੁਰਾਨ ਕਹਿੰਦਾ ਨਾ, ਵੱਲਜ਼ੀਨਾ ਆਮਿਲੂ ਸਈਆਤ, ਜਿਨ੍ਹਾਂ ਲੋਕਾਂ ਨੇ ਨੇਕ ਅਮਲ ਨਹੀਂ, ਜਿਨ੍ਹਾਂ ਲੋਕਾਂ ਨੇ ਬਦ ਅਮਲ ਕੀਤੇ, ਜਿਨ੍ਹਾਂ ਲੋਕਾਂ ਅੱਲਾ ਦੀਆਂ ਨਾਫਰਮਾਨੀਆਂ ਕੀਤੀਆਂ, ਜਿਨ੍ਹਾਂ ਲੋਕਾਂ ਨੇ ਅੱਲਾ ਪਾਕ ਨੂੰ ਨਾਰਾਜ਼ ਕੀਤਾ, ਜਿਨ੍ਹਾਂ ਲੋਕਾਂ ਨੇ ਰੱਬ ਨੂੰ ਨਾਰਾਜ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਫਰਮਾਇਆ ਸੁਮਾ ਤਾਬੂ ਮਿੰਬਾ ਦਿਆ, ਫਿਰ ਇਹਨੇ ਅੱਲੋ ਬਾਦ ਅੱਲਾ ਪਾਕ ਦੇ ਕੋਲੋਂ ਤੋਬਾ ਕਰ ਲਈ, ਇਹਨੇ ਅੱਲਾ ਪਾਕ ਦੇ ਵੱਲ ਰਜੂ ਕਰ ਲਿਆ, ਇਹਨੇ ਆਪਣਾ ਚਿਹਰਾ ਅੱਲਾ ਪਾਕ ਦੀ ਤਰਫੇ ਮੋੜ ਲਿਆ, ਇਹਨੇ ਅੱਲਾ ਪਾਕ ਦੇ ਸਾਹਮਣੇ ਆ ਕੇ ਆਪਣੇ ਰੱਬ ਨੂੰ ਰਾਜ਼ੀ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਲਈਆਂ। ਤੇ ਅੱਲਾ ਫਰਮਾਉਂਦੇ ਨੇ, ਜਦੋਂ ਕੋਈ ਬੰਦਾ ਮੇਰੇ ਵੱਲ ਆਏਗਾ, ਜਦੋਂ ਕੋਈ ਬੰਦਾ ਮੇਰੇ ਕੋਲੋਂ ਤੋਬਾ ਕਰੇਗਾ, ਜਦੋਂ ਕੋਈ ਬੰਦਾ ਨਾਦਮ ਹੋ ਕਰਕੇ ਮੇਰੇ ਕੋਲੋਂ ਮਾਫੀਆਂ ਮੰਗੇਗਾ, ਮੈਂ ਅਰਸ਼ ਵਾਲਾ ਰੱਬ ਉਸ ਬੰਦੇ ਦੇ ਜ਼ਿੰਦਗੀ ਦੇ ਗੁਨਾਹਾਂ ਨੂੰ ਮਾਫ ਕਰ ਦਿਆਂਗਾ, ਉਸ ਬੰਦੇ ਦੇ ਜ਼ਿੰਦਗੀ ਦੇ ਗੁਨਾਹ ਮਾਫ ਹੋ ਜਾਣਗੇ। ਰੱਬੁਲ ਆਲਮੀਨ ਜੀ, ਕਿੰਨੇ ਕੋ ਗੁਨਾਹ ਮਾਫ ਕਰੋਗੇ? ਸਾਡੀ ਜ਼ਿੰਦਗੀ ਤੇ ਗੁਨਾਹਾਂ ਦੀ ਦਲਦਲ ਦੇ ਅੰਦਰ ਅਸੀਂ ਤੇ ਸਵੇਰ ਉੱਠਣੇ ਆ ਤੇ ਗੁਨਾਹ ਕਰਦੇ ਆ, ਰਾਤ ਲੇਟਦੇ ਆ ਤੇ ਗੁਨਾਹ ਕਰਦੇ ਆ, ਬਾਜ਼ਾਰ ਅੰਦਰ ਕਾਰੋਬਾਰ ਕਰਦੇ ਆ ਤੇ ਗੁਨਾਹ ਕਰਦੇ ਆ। ਆਸਮਾਨਾਂ ਦੇ ਰੱਬ ਨੇ ਐਲਾਨ ਫਰਮਾਏ ਨੇ, ਐ ਮੇਰੇ ਮਹਿਬੂਬ ਪੈਗੰਬਰ, ਇਹਨਾਂ ਲੋਕਾਂ ਨੂੰ ਦੱਸ ਦਿਓ, ਅਗਰ ਸਮੁੰਦਰ ਦੀ ਛੱਤ ਦੇ ਬਰਾਬਰ ਵੀ ਗੁਨਾਹ ਕਰ ਲੈ, ਅਗਰ ਸਮੁੰਦਰ ਦੀ ਜੱਗ ਜ਼ਰਾ ਗੌਰ ਕਰਨਾ, ਸਮੁੰਦਰ ਦੀ ਬਾਤ ਕੋਈ ਦਰਿਆ ਤੇ ਤੇਰੇ ਕਲੀ ਚੋਂ ਨਿਕਲਣ ਵਾਲੇ ਨਾਲਿਆਂ ਦੀ ਬਾਤ ਨਹੀਂ ਏ। ਯਾਨੀ ਪੂਰੀ ਦੁਨੀਆ ਤੇ ਕਿਤਨਾ ਬੜਾ ਸਮੁੰਦਰ ਏ, ਔਰ ਇਸ ਸਮੁੰਦਰ ਦੇ ਉੱਪਰ ਆਉਣ ਵਾਲੀ ਜੱਗ ਕਿੰਨੀ ਜਾਗੇ। ਆਮਿਨਾ ਦੇ ਲਾਲ ਫਰਮਾਉਂਦੇ ਨੇ, ਇੰਨੇ ਗੁਨਾਹ ਵੀ ਹੋਣਗੇ, ਅਰਸ਼ ਵਾਲਾ ਰੱਬ ਇਹਦੇ ਗੁਨਾਹ ਮਾਫ ਕਰ ਦੇਵੇਗਾ, ਇਹਦੇ ਗੁਨਾਹ ਮਾਫ ਹੋ ਜਾਣਗੇ। ਨਹੀਂ ਸਮਝ ਆਈ? ਆਮਿਨਾ ਦੇ ਲਾਲ ਫਰਮਾਉਂਦੇ ਨੇ ਕਿ ਬੰਦਾ ਗੁਨਾਹ ਕਰਦਾ ਰਿਹਾ, ਬੰਦੇ ਕੋਲੋਂ ਗਲਤੀਆਂ ਹੁੰਦੀਆਂ ਰਹੀਆਂ, ਇਹਦੀਆਂ ਗਲਤੀਆਂ ਜ਼ਮੀਨੋਂ ਆਸਮਾਨ ਦਾ ਸਫ਼ਰ ਏ ਪੂਰੀ ਦੁਨੀਆ ਦੇ ਅੰਦਰ। ਜਦੀਦ ਤੋਂ ਜਦੀਦ ਟੈਕਨੋਲੋਜੀ ਵੀ ਆਈ ਏ, ਲੇਕਿਨ ਇਸ ਜ਼ਮੀਨ ਤੋਂ ਲੈ ਕੇ ਆਸਮਾਨ ਦਾ ਸਫ਼ਰ ਨਹੀਂ ਕਰ ਸਕੀ, ਦੁਨੀਆ ਤੋਂ ਲੈ ਕੇ ਆਸਮਾਨ ਤੱਕ ਨਹੀਂ ਪਹੁੰਚ ਸਕੀ, ਪਹਿਲੇ ਆਸਮਾਨ ਦੀਆਂ ਫਾਸਲਿਆਂ ਦੀਆਂ ਹੱਦ ਫਾਸਲਿਆਂ ਨੂੰ ਮਾਪ ਨਹੀਂ ਸਕੀ। ਲੇਕਿਨ ਲੋਕੋ, ਅੱਲਾ ਰੱਬੁਲ ਆਲਮੀਨ ਦੇ ਪਿਆਰੇ ਪੈਗੰਬਰ ਫਰਮਾਉਂਦੇ ਨੇ ਕਿ ਜਿਹੜਾ ਬੰਦਾ ਜ਼ਮੀਨੋਂ ਆਸਮਾਨ ਦੇ ਬਰਾਬਰ ਗੁਨਾਹ ਹੀ ਕਰ ਲੈਂਦਾ ਏ, ਗੁਨਾਹ ਹੀ ਗੁਨਾਹ ਹੋ ਜਾਂਦੇ ਨੇ। ਅਗਰ ਮਸ਼ਰਕ ਤੋਂ ਲੈ ਕੇ ਮਗਰਬ ਤੱਕ ਗੁਨਾਹ ਹੀ ਗੁਨਾਹ ਨੇ, ਅਗਰ ਸ਼ਮਾਲ ਤੋਂ ਲੈ ਕੇ ਜਨੂਬ ਤੱਕ ਗੁਨਾਹ ਹੀ ਗੁਨਾਹ ਨੇ, ਅਗਰ ਬੰਦਾ ਇਹਨਾਂ ਗੁਨਾਹਾਂ
दे एक बारी मेनू मनाएगा इना गुनावां करन तो बाद एक बारी मेरे सामने आके रोवेगा एक बारी मेरे कोलों आ करके माफिया मंगेगा मैं रब्बुल आलमीन एक आंसू दे बदले इंदे सारे गुनाह माफ कर देंगा इन्हें सारे गुनाह माफ हो जाएंगे लेकिन अल्लाह नू मनाना पवेगा अल्लाह नू राजी करना पवेगा ते अल्लाह पाक नू राजी करन दा तरीका मेरे पाक पैगंबर इस्लाम फरमांदे ने जगा दे पीर रब दे हबीब अली सलातो सलाम ने फरमाया इन्नल्लाह युहिब्बु तव्वाबीना व युहिब्बुल माया रब्बुल आलमीन ओ बंदा बड़ा प्यारा लगता है अल्लाह सु जलाल उस बंदे ते राजी हो जांदे ने जेड़ा बंदा तौबा करदा है ते पाक रहिंदा है अल्लाह अल्लाह आओ लोग अपने गुनाहां ते मत मान कर लिया जे अपने गुनाहां नू अज अल्लाह पाक दे सामने रख करके अखां चो आंसुआं दियां झड़ियां ला करके अपने रब नू मना लै तेरे जिस्म दे अंदर पता नहीं तेरी अखां चो निकलण वाला पानी किते किते इस्तेमाल हुंदा है अल्लाह अल्लाह किते अखां चो निकलण वाला पानी औलाद दी खातर निकल जांदा है जिंदा फायदा कोई नहीं कदी अखां चो निकलण वाला ए पानी इलाके दे अंदर जुल्म ओ सितम बर्दाश्त करदियां निकल जांदा है इहदा भी फायदा कोई नहीं लेकिन अगर ए आंसू अल्लाह दे रस्ते अंदर निकले अल्लाह दी याद अंदर निकले अल्लाह पाक नू मनांदियां निकल जाए अल्लाह पाक दे सामने तौबा करदियां निकल जाए ते रब्बुल आलमीन फरमांदे ने तेरे अखां दियां तरियां वेख के मैं तेरे गुनाह माफ कर देंगा अखां दियां तरियां ने अदरात आंसू ते बाद अंदर निकलना है आओ लोगो अल्लाह पाक दा कुरान कहिंदा है इल्ला मन ताबा व आमना अल्लाह पाक फरमांदे ने इल्ला मन ताबा जिस बंदे ने मेरे वल रजू कर लिया जिस बंदे ने अपना चेहरा दुनिया तो मोड़ करके मैं रब्बुल आलमीन दे द्वारे ते रख छड़िया जिस बंदे ने अपना चेहरा मेरे सामने सजदे दे अंदर पा छड़िया और जेड़ा बंदा मेरे सामने रोन लग गया जिस बंदे दियां उम्मीदां मेरे ते लग गईयां ना अल्लाह फरमांदे ने फिर नेक अमल करदा है तौबा करदा नजर आंदा है अर्श वाला रब फरमांदा है कि मैं तौबा वाला तौफा ऐसा अदा कीता है कि कदी ते मेरा बंदा माफी मांगी लवेगा बंदे दिहाड़ी अंदर कई कई गुनाह कर जांदे ने ए दिहाड़ी दे अंदर कई कई गलतियां कर जांदे ने जगा दे पीर रब दे हबीब अली सलातो सलाम मेरे तुहाडे पीर मुर्शिद हबीब किबरिया सैयदुल अंबिया जनाब मुहम्मद सल्लल्लाहु अलैहि वसल्लम तवज्जो करना जरा अल्लाह नु मनाउन दा तरीका दस रिहा वा अल्लाह ने बयान कीता ते मेरे नबी ने मना के वखाया है अल्लाहु अल्लाह अल्लाह ऐ अमीना दे लाल तशरीफ फरमान ते मक्के वाले इकट्ठे हो करके आ गए आंदे ने ऐ मुहम्मद सल्लल्लाहु अलैहि वसल्लम तू कहना मैं अल्लाह दी तरफो नबी बन के आया अल्लाह पाक ने मैनू खातमुल अंबिया बनाया अल्लाह पाक ने मेरे सिर ते खत्मे नबूवत दा ताज सजाया है ते अपने रब नू कह के ऐ जेड़ा कोहे सफा पहाड़े इस पहाड़ नू सोने दा बना ते असी ईमान ले आवांगे अल्लाहु अल्लाह आमिना दे लाल दे दिल दियां ख्वाहिशात ने आमिना दे दिल दियां मुरादां की ने आमिना दे लाल दियां दिल दियां तड़प
ਆਪਣਾ ਜੀ ਨੇ ਕਿ ਸਾਰੇ ਲੋਕ ਕਲਮਾ ਪੜਨ ਤੇ ਮੁਸਲਮਾਨ ਹੋ ਜਾਣ, ਸਾਰੇ ਲੋਕ ਆਪਣੇ ਰੱਬ ਨੂੰ ਮਨਾਉਣ ਵਾਲੇ ਬਣ ਜਾਣ, ਸਾਰੇ ਲੋਕ ਆਪਣੇ ਰੱਬ ਨੂੰ ਰਾਜ਼ੀ ਕਰਨ ਵਾਲੇ ਬਣ ਜਾਣ। ਅੱਲਾਹੁ ਅੱਲਾਹ ਆਮੀਨਾ ਦੇ ਲਾਲ ਦੀ ਇਸੇ ਤੜਪ ਦਾ ਨਤੀਜਾ ਏ। ਆਮੀਨਾ ਦੇ ਲਾਲ ਫਰਮਾਉਂਦੇ ਨੇ ਮੇਰੇ ਸਿਆਪਾ, ਮੇਰੇ ਦੁਨੀਆ ਕਾਇਨਾਤ ਦੇ ਲੋਕੋ, ਮੇਰੀਆਂ ਤਾਬੇਦਾਰੀਆਂ ਤੇ ਫਰਮਾ ਬਰਦਾਰੀਆਂ ਕਰਨ ਵਾਲਿਓ, ਤੁਸੀਂ ਜਹੰਨਮ ਦੀ ਤਰਫੇ ਦੌੜਦੇ ਜਾ ਰਹੇ ਸੀ, ਤੁਸੀਂ ਜਹੰਨਮ ਦੀ ਗੜੇ, ਤੁਸੀਂ ਜਹੰਨਮ ਦੇ ਗੜੇ ਦੇ ਅੰਦਰ ਡਿੱਗਦੇ ਨਜ਼ਰ ਆ ਰਹੇ ਸੀ, ਤੇ ਮੈਂ ਮੁਹੰਮਦ ਤੁਹਾਨੂੰ ਕਮਰ ਤੋਂ ਪਕੜ ਪਕੜ ਕੇ ਜੰਨਤ ਵੱਲ ਲੈ ਕੇ ਆ ਰਿਹਾ ਵਾ, ਮੈਂ ਤੁਹਾਡੋ ਜਹੰਨਮ ਤੋਂ ਕੱਢ ਕੇ ਜੰਨਤ ਦਾ ਰਸਤਾ ਦਿਖਲਾ ਰਿਹਾ ਵਾ। ਅੱਲਾਹੁ ਅੱਲਾਹ ਔਰ ਇਹੀ ਵਜ੍ਹਾ ਹੈ ਕਿ ਮੇਰੇ ਪਾਕ ਪੈਗੰਬਰ ਦੇ ਦਿਲ ਦੀਆਂ ਤੜਪਾਂ ਨੇ ਕਿ ਆਮੀਨਾ ਦੇ ਲਾਲ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਰਾਤ ਦੀਆਂ ਘੜੀਆਂ ਦੇ ਅੰਦਰ ਰੋਇਆ ਕਰਦੇ, ਰਾਤ ਦੀਆਂ ਘੜੀਆਂ ਨੂੰ ਉੱਠ ਉੱਠ ਕਰਕੇ ਆਪਣੀ ਉਮਤ ਦਾ ਕੰਮ ਲੈ ਕੇ ਮੇਰਾ ਨਬੀ ਰੋਇਆ ਕਰਦਾ। ਅੱਧੀ ਅੱਧੀ ਰਾਤ ਵੇਲੇ ਮੇਰੇ ਪੈਗੰਬਰ ਦੇ ਖੈਮੇ ਦੇ ਅੰਦਰੋਂ ਰੋਣ ਦੀਆਂ ਆਵਾਜ਼ਾਂ ਆਉਂਦੀਆਂ, ਤੇ ਕੋਈ ਸਮਝਦਾ ਕਿ ਪਤਾ ਨਹੀਂ ਕਿਉਂ ਰੋਂਦੇ ਨੇ। ਪਰ ਜਦੋਂ ਮੇਰੇ ਮਹਿਬੂਬ ਦੇ ਦਿਲ ਦੀਆਂ ਮੁਰਾਦਾਂ ਪੁੱਛੀਆਂ ਗਈਆਂ ਤੇ ਆਮੀਨਾ ਦੇ ਲਾਲ ਦੀ ਸੁਭਾਨੋ ਅੱਲਾ ਮੇਰੀ ਉਮਤ ਨੂੰ ਮਾਫ ਕਰ ਦੇ, ਅੱਲਾ ਮੇਰੀ ਉਮਤ ਦੇ ਗੁਨਾਹ ਮਾਫ ਕਰ ਦੇ, ਅੱਲਾ ਮੇਰੀ ਉਮਤ ਤੇ ਕਰਮ ਕਰ ਦੇ। ਅੰਮਾ ਜੀ ਆਇਸ਼ਾ ਸਿਦੀਕਾ ਤਾਰਾ ਮੁਤਾਰਾ ਰਜ਼ੀ ਅੱਲਾਹੁ ਤਾਲਾ ਅਨਹਾ ਬਿਆਨ ਕਰਦੀਆਂ ਨੇ, ਇੱਕ ਦਿਨ ਰਾਤ ਦੀਆਂ ਘੜੀਆਂ ਨੇ ਆਮੀਨਾ ਦੇ ਲਾਲ ਰੋਜ਼ਾਨਾ ਹੀ ਰਾਤ ਨੂੰ ਅੱਲਾ ਪਾਕ ਦੇ ਸਾਹਮਣੇ ਤੇ ਆ ਮੰਦਰ ਖੜੇ ਹੋ ਜਾਂਦੇ ਤੇ ਅੱਲਾ ਪਾਕ ਦੀਆਂ ਇਬਾਦਤਾਂ ਕਰਦੇ ਰਹਿੰਦੇ, ਇੰਨਾ ਇੰਨਾ ਲੰਮਾ ਕਿਆਮ ਕਰਦੇ, ਇੰਨਾ ਇੰਨਾ ਲੰਬਾ ਮੇਰੇ ਪੈਗੰਬਰ ਸਜਦਾ ਕਰਦੇ ਕਿ ਕਿਸੇ ਕਿਸੇ ਟਾਈਮ ਮੈਂ ਪਰੇਸ਼ਾਨ ਹੋ ਜਾਂਦੀ ਤੇ ਆਪਣੇ ਪੈਗੰਬਰ ਨੂੰ ਅੰਧੇਰੇ ਦੇ ਅੰਦਰ ਟਟੋਲਦੀ ਤੇ ਹੱਥ ਲਗਾਉਂਦੀ ਕਿ ਮੇਰਾ ਪੈਗੰਬਰ ਮੌਜੂਦ ਹੈ ਕਿ ਮੌਜੂਦ ਨਹੀਂ ਹੈ। ਕਦੀ ਮੈਂ ਆਮੀਨਾ ਦੇ ਲਾਲ ਨੂੰ ਹਲਾਉਂਦੀ ਕਿ ਮੇਰਾ ਪੈਗੰਬਰ ਕਿਸ ਘੜੀਆਂ ਦੇ ਅੰਦਰ ਚਲਾ ਗਿਆ। ਔਰ ਇੱਕ ਦਿਨ ਅੰਮਾ ਜੀ ਐਸਾ ਫਰਮਾਉਂਦੀਆਂ ਨੇ ਕਿ ਜਦੋਂ ਮੈਂ ਆਪਣੇ ਪੈਗੰਬਰ ਨੂੰ ਹੱਥ ਲਗਾਇਆ ਤੇ ਹੱਥ ਪੈਰਾਂ ਤੇ ਲੱਗ ਗਿਆ, ਹੱਥ ਮੇਰੇ ਪੈਗੰਬਰ ਦੇ ਕਦਮਾਂ ਤੇ ਲੱਗ ਗਿਆ ਤੇ ਮੈਂ ਵੇਖਿਆ ਕਿ ਮੇਰੇ ਪੈਗੰਬਰ ਦੇ ਪੈਰਾਂ ਅੰਦਰ ਵਰਮ ਪੈ ਚੁੱਕੇ ਨੇ। ਆਮੀਨਾ ਦੇ ਲਾਲ ਜੱਗਾਂ ਦੇ ਪੀਰ ਰੱਬ ਦੇ ਹਬੀਬ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਪੈਰਾਂ ਦੇ ਅੰਦਰ ਸੋਜਾਂ ਚੜ ਗਈਆਂ ਨੇ। ਅੰਮਾ ਜੀ ਐਸਾ ਫਰਮਾਉਂਦੀਆਂ ਨੇ ਮੈਂ ਰੋ ਪਈ, ਮੈਂ ਰੋ ਕਰਕੇ ਅਰਜ਼ ਕਰਦੀ, ਅੰਮਾ ਬੋਬ ਸੋਹਣਿਆ ਕਿਉਂ ਇੰਨਾ ਇੰਨਾ ਲੰਮਾ ਰਾਤ ਨੂੰ ਕਿਆਮ ਕਰਦੇ ਹੋ, ਇੰਨਾ ਰਾਤ ਨੂੰ ਉੱਠ ਕਰਕੇ ਕਿਉਂ ਰੋਂਦੇ ਹੋ, ਇੰਨਾ ਕਿਆਮ ਲੰਮਾ ਨਾ ਕਰਿਆ ਕਰੋ, ਤੁਹਾਡੇ ਪੈਰਾਂ ਦੇ ਅੰਦਰ ਵਰਮ ਪੈ ਚੁੱਕੇ ਨੇ, ਆਓ ਨਾ ਬਸ ਕਰ ਦਿਓ, ਮਾਮੂਲੀ ਇਬਾਦਤ ਕਰਿਆ ਕਰੋ। ਆਮੀਨਾ ਦੇ ਲਾਲ ਫਰਮਾਉਂਦੇ ਨੇ ਐਸ਼ਾ ਤੈਨੂੰ ਕੀ ਦੱਸਾਂ, ਮੇਰੇ ਦਿਲ ਦੀਆਂ ਖਾਵਾਂ ਕੀ ਨੇ, ਐਸ਼ਾ ਮੇਰੇ ਦਿਲ ਦੀਆਂ ਮੁਰਾਦਾਂ ਕੀ ਨੇ, ਐਸ਼ਾ ਮੇਰੇ ਦਿਲ ਦੇ ਅੰਦਰ ਮੇਰੀ ਉਮਤ ਦਾ ਮੈਨੂੰ ਕਿੰਨਾ ਫਿਕਰ ਏ ਕਿ ਕਿਤੇ ਮੇਰੀ ਉਮਤ ਜਹੰਨਮ ਦਾ ਇੰਦਰ ਨਾ ਬਣ ਜਾਏ। ਐਸ਼ਾ ਤੈਨੂੰ ਕੀ ਦੱਸਾਂ, ਮੈਂ ਆਪਣੇ ਦਿਲ ਦੀਆਂ ਖਬਰਾਂ, ਮੇਰਾ ਦਿਲ ਨਹੀਂ ਚਾਹੁੰਦਾ ਕਿ ਮੇਰੀ ਉਮਤ ਦਾ ਇੱਕ ਬੰਦਾ ਵੀ ਜਹੰਨਮ ਅੰਦਰ ਚਲਾ ਜਾਏ। ਐਸ਼ਾ ਮੈਂ ਆਪ ਦੇ ਗੁਨਾਹਾਂ ਤੋਂ ਪਾਕ, ਅੱਲਾ ਪਾਕ ਨੇ ਮੈਨੂੰ ਬੜੀਆਂ ਸ਼ਾਨਾਂ ਦੇ ਨਾਲ ਹਮਕਿਨਾਰ ਫਰਮਾਇਆ, ਅੱਲਾ ਪਾਕ ਨੇ ਮੈਨੂੰ ਬੜੀਆਂ ਅਜ਼ਮਤਾਂ ਵਾਲਾ ਬਣਾਇਆ, ਲੇਕਿਨ ਮੈਂ ਫਿਰ ਵੀ ਆਪਣੇ ਰੱਬ ਦੇ ਸਾਹਮਣੇ ਦੀ ਰਾਤ ਨੂੰ ਉੱਠ ਕਰਕੇ ਮੰਗਦਾ ਵਾ, ਅੱਲਾ ਮੇਰੀ ਉਮਤ ਦੇ ਲੋਕ ਨੇ ਇਹਨਾਂ ਨੂੰ ਮਾਫ ਕਰ ਦੇ, ਅੱਲਾ ਮੇਰੀ ਉਮਤ ਦੇ ਲੋਕ ਗੁਨਾਹ ਤੇ ਕਰਦੇ ਨੇ, ਅੱਲਾ ਮੇਰੀ ਉਮਤ ਦੇ ਲੋਕਾਂ ਕੋਲੋਂ ਗਲਤੀਆਂ ਵੀ ਹੋਣਗੀਆਂ, ਅੱਲਾ ਮੇਰੀ ਉਮਤ ਦੇ ਲੋਕਾਂ ਕੋਲੋਂ ਗੁਨਾਹ ਵੀ ਹੋਣਗੇ, ਪਰ ਅੱਲਾ ਸੋਹਣਿਆ ਤੂੰ ਇਹਨਾਂ ਮੇਰੀ ਉਮਤ ਦੇ ਲੋਕਾਂ ਨੂੰ ਮਾਫ ਕਰ ਦੇਈ, ਅੱਲਾ ਮੇਰੀ ਉਮਤ ਦੇ ਲੋਕਾਂ ਤੇ ਅਜ਼ਾਬ ਲੈ ਕਰਕੇ ਨਾ ਆਈ, ਅੱਲਾ ਮੇਰੀ ਉਮਤ ਦੇ ਲੋਕਾਂ ਤੇ ਅਜ਼ਾਬ ਨਾ ਲੈ ਕੇ ਆਈ। ਅੱਲਾ ਜਿਵੇਂ ਪਹਿਲੀਆਂ ਉਮਤਾਂ ਬਰਬਾਦ ਕਰ ਛੱਡੀਆਂ ਨੇ,
اللہ جویں پہلیاں امتاں تباہ ہو گئیاں اللہ جویں پہلیاں امتاں تے تیرے عذاب آئے نے تے برتا نشان بن گئے نے عائشہ پیاری میں نہیں چاہندا میری امت دے اندر عذاب آئے عائشہ میں نہیں چاہندا میری امت دے لوگ عذاب دے اندر پس جان میں کیوں نہ اللہ پاک دا شکر گزار بندہ بن جاواں میں اللہ نو اینا مناواں میں اللہ پاک نو اینا منا لواں کہ آسمان دا رب میری امت تو عذاب نو ٹال دے وے میری امت تو عذاب ختم کر دے وے حضرات جویں دے ساڈے گناہ نے جویں دیاں ساڈیاں غلطیاں نے جویں دے اسی اعمال کر دیاں رب کعبہ دی قسم ایک سیکنڈ نہ لگے ساری دنیا تباہ کر دے وے ایک سیکنڈ نہ لگے اللہ پاک دا عذاب آ جائے لیکن تیرے میرے محبوب نے اپنے رب نو اینا منایا تیرے میرے کملی والی سرکار نے اپنے رب نو اینا منایا ہے کہ آسمان دے رب نے اعلان کیتے نے اے میرے محبوب پیغمبر دن دیاں گھڑیاں دے اندر بھی عبادتاں کر دیو رات دے اجال رات دے اندھیریاں دے اندر بھی میرے سامنے روندے ہو نا پہلی گل اے کہ اپنے عمل نو کٹا لو اپنے قیام نو کھوڑا کر لو عرش والے رب دے قرآن دا 29واں پارہ اور میرے نبی پاک دا سینہ پاک اے آسمان دے رب العالمین دا پیغام اے میرے تواڈے پیر مرشد جناب محمد صلی اللہ علیہ وسلم ڈائریکٹ اللہ پاک نے میرے نبی نو خطاب کیتا فرمایا یا ایوہ المزمل قم اللیل الا قلیلا حضرات توجہ کرنا اللہ فرماندے نے محبوب سونیا تھوڑا عمل کرو نا رات دا قیام تھوڑا کر لو اللہ میں رات دا قیام تھوڑا کر لوا گا پر میری امت نو معاف کر دے اللہ میری امت نو معاف کر دے عذاب نہ لے کے آئے کو مل لیلا الا قلیلا او نصفہ او کچھ منہ قلیلا محبوب سونیا ادھی رات تو بھی ادھا عمل رات دا قیام کریا کر نانا رب العالمین او جوانو دیکھنا تیرے میرے پیغمبر نو تیریاں میریاں کنیاں فکرانے تیرے میرے سونے نبی نو کنیاں فکرانے لیکن تو اپنی زندگی دے اندر کدی بھی اپنے نبی دی فکر نہیں کی دی کدی بھی اپنے نبی دیاں فکران نہیں کی دیاں کدی بھی اپنے نبی دیاں لجا نہیں رکھیاں کدی بھی اپنے نبی دے بارے نہیں سوچیا او نبی جیڑا راتاں نو اٹھ کر کے تیرے واسطے روندا رہا تو اس نبی واسطے دنیا اندر کی کیتا ہے تو اس نبی واسطے کنیاں کو تیاریاں کی دیاں نے اپنی ذرا ضمیر دی عدالت دے کولوں فیصلہ کروانا کہ جیڑا نبی تیری خاطر رو رو کے تیرے تے عذاب دے منسوخیاں کرواندا رہا کہ آسمان دے رب نو اعلان کرنا پی گیا جا میرے محمد کائنات میں اعلان کر داواں کہ تیری امت دے اندر میں عذاب نازل نہیں کرانگا جویں پہلیاں امتاں نو میں ایک سیکنڈ دے اندر تباہ کیتا اے میں تیریاں امتاں نو تباہ نہیں کرانگا لیکن وقفے وقفے نال جھٹکے لاواں گا کسے کسے مقام تے جھٹکے لگا دیاں گا کہ لوگ میرے ول آنا شروع ہو جان لوگ توبہ کرن لگ جان اینا واسطے میں توبہ دا دروازہ کھول دیاں گا اللہ 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 اے میرا سونا نبی اے میرا کملی والی سرکار اے میرے جگہ دے پیر رب دے حبیب علی صلات و سلام اپنے دل دیاں ہاں لے کے بیٹھے تے رب العالمین دے سامنے اللہ سونے مکے والے آئے نے آندے نے کہ کوہ صفا پہاڑ سونے والا بن جائے تے اسی ایمان لے آوانگے آسمان تو اعلان آیا میرے سونے محبوب پیغمبر اے میرے واسطے مشکل تے نہیں ہے میرے واسطے بڑا آسان ہے کوہ صفا نو سونے دا بنا دینا لیکن محبوب سونے گل سن لے اگر اے سونے دا بن گیا اے ایمان لے کے نہ آئے تے میں اے
ਇਹਨਾਂ ਤੇ ਅਜ਼ਾਬ ਨਾਜ਼ਲ ਕਰ ਦਿਆਂਗਾ, ਮੈਂ ਇਹਨਾਂ ਨੂੰ ਤਬਾਹ ਕਰ ਦਿਆਂਗਾ, ਮੈਂ ਇਹਨਾਂ ਨੂੰ ਫਨਾ ਕਰ ਦਿਆਂਗਾ। ਅੱਲਾਹੁ ਅਕਬਰ ਕਬੀਰਾ। ਆਮਿਨਾ ਦੇ ਲਾਲ ਪਰੇਸ਼ਾਨ ਹੋ ਜਾਂਦੇ ਨੇ, ਅੱਲਾ ਸੋਹਣਿਆ ਨਾ ਨਾ ਮੈਂ ਇਹਨਾਂ ਤੇ ਅਜ਼ਾਬ ਨਹੀਂ ਲਿਆ ਸਕਦਾ। ਤੇ ਆਸਮਾਨਾਂ ਦਾ ਰੱਬ ਐਲਾਨ ਕਰਦਾ ਹੈ, ਐ ਮੇਰੇ ਮਹਬੂਬ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਫਿਰ ਦੂਸਰੀਆਂ ਆਪਸ਼ਨਾਂ ਇਹ ਨੇ, ਫਿਰ ਦੂਸਰੀਆਂ ਕੈਟਾਗਰੀਆਂ ਇਹ ਨੇ ਕਿ ਇਹਨਾਂ ਵਾਸਤੇ ਮੈਂ ਤੋਬਾ ਦਾ ਦਰਵਾਜ਼ਾ ਖੋਲ ਦੇਣਾ, ਜਦੋਂ ਕਦੀ ਮੌਕਾ ਮਿਲ ਜਾਏ ਆ ਕੇ ਮੇਰੇ ਦੁਆਰੇ ਤੇ ਰੋ ਲੈਣ, ਆ ਕੇ ਮੈਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਲੈਣ, ਆ ਕੇ ਮੇਰੇ ਕੋਲੋਂ ਰਜੂ ਕਰ ਲੈਣ, ਆਪਣੀਆਂ ਗਲਤੀਆਂ ਤੇ ਨਾਦਮ ਹੋ ਕਰਕੇ ਆ ਜਾਣ, ਤੇ ਮੈਂ ਇਹਨਾਂ ਨੂੰ ਉਹਨਾਂ ਘੜੀਆਂ ਅੰਦਰ ਮਾਫ਼ ਕਰ ਦਿਆਂਗਾ। ਆਮਿਨਾ ਦੇ ਲਾਲ ਫਰਮਾਉਂਦੇ ਨੇ, ਸੋਹਣਿਆ ਰੱਬਾ ਅਜ਼ਾਬ ਦੀ ਮੈਂ ਦੁਆ ਨਹੀਂ ਕਰਦਾ, ਅੱਲਾ ਮੈਂ ਕਦੀ ਨਹੀਂ ਚਾਹਾਂਗਾ ਤੂੰ ਇਹਨਾਂ ਤੇ ਅਜ਼ਾਬ ਲੈ ਆ। ਹਾਂ ਦੂਸਰੀ ਆਪਸ਼ਨ ਮੈਨੂੰ ਮਨਜ਼ੂਰ ਹੈ ਰੱਬਾ ਸੋਹਣਿਆ, ਮੈਂ ਕਹਿਣਾ ਇਹਨਾਂ ਵਾਸਤੇ ਕਿਆਮਤ ਦੀਆਂ ਦੀਵਾਰਾਂ ਤੱਕ ਦਰਵਾਜ਼ਾ ਤੋਬਾ ਵਾਲਾ ਖੋਲ ਦੇ, ਅੱਲਾ ਜਿਹਦੇ ਅੰਦਰ ਤੇਰੀਆਂ ਰਸਾਵਾਂ ਦੇ ਅੰਦਰ ਟਾਈਮ ਨਾ ਲੱਗੇ, ਅੱਲਾ ਤੈਨੂੰ ਮਨਾਉਣ ਦੇ ਅੰਦਰ ਟਾਈਮ ਨਾ ਲੱਗੇ। ਅੱਲਾਹੁ ਅੱਲਾ ਅੱਲਾ, ਇੱਧਰ ਬੰਦਾ ਆਵੇ ਤੇ ਤੂੰ ਰਾਜ਼ੀ ਹੋ ਜਾਏ, ਇੰਨੀ ਜਲਦੀ ਦੁਨੀਆ ਦੀ ਕੋਈ ਮਾਂ ਰਾਜ਼ੀ ਨਹੀਂ ਹੋਇਆ ਕਰਦੀ, ਇੰਨੀ ਜਲਦੀ ਕੋਈ ਦੁਨੀਆ ਦਾ ਬਾਪ ਰਾਜ਼ੀ ਨਹੀਂ ਹੁੰਦਾ, ਇੰਨੀ ਜਲਦੀ ਅਜ਼ੀਜ਼ੋ ਅਕਾਰਬ ਰਾਜ਼ੀ ਨਹੀਂ ਹੁੰਦੇ, ਜਿੰਨੀ ਜਲਦੀ ਆਸਮਾਨਾਂ ਦਾ ਰੱਬ ਰਾਜ਼ੀ ਹੋ ਜਾਂਦਾ ਹੈ, ਜਿੰਨੀ ਜਲਦੀ ਅਸਮਾਨਾਂ ਦਾ ਰੱਬ ਰਾਜ਼ੀ ਹੋ ਜਾਂਦਾ ਏ। ਇਨਲਾਹਾ ਯੁਹਿਬੁ ਤਵਾਬੀਨ। ਆਓ ਲੋਗੋ ਉਸ ਮਾਲਕ ਦੇ ਕੋਲੋਂ ਅੱਜ ਮਾਫ਼ੀਆਂ ਮੰਗ ਲਈਏ, ਜ਼ਿੰਦਗੀ ਦੇ ਬੜੇ ਬੜੇ ਅਯਾਮ ਗੁਜ਼ਾਰਦੇ ਆਏ ਆ, ਜ਼ਿੰਦਗੀ ਦੇ ਅੰਦਰ ਬੜੇ ਬੜੇ ਗੁਨਾਹ ਵੀ ਕਰਦੇ ਆਏ ਆ, ਰਾਤ ਦੇ ਹਨੇਰਿਆਂ ਦੇ ਅੰਦਰ ਵੀ ਗੁਨਾਹ ਕੀਤੇ ਨੇ, ਦਿਨ ਦੇ ਉਜਾਲਿਆਂ ਦੇ ਅੰਦਰ ਵੀ ਗੁਨਾਹ ਕੀਤੇ ਨੇ। ਅੱਲਾ ਸੋਹਣਿਆ ਅੱਜ ਤੇਰੇ ਸਾਹਮਣੇ ਆ ਗਿਆ, ਅੱਲਾ ਰਮਜ਼ਾਨ ਦੀਆਂ ਘੜੀਆਂ ਨੇ ਜਾਂਦਿਆਂ ਜਾਂਦਿਆਂ, ਪਤਾ ਨਹੀਂ ਅਗਲਾ ਰਮਜ਼ਾਨ ਮਿਲਣਾ ਕਿ ਨਹੀਂ ਮਿਲਣਾ, ਅਗਲੇ ਰਮਜ਼ਾਨ ਤੱਕ ਮੌਲਕਾਂ ਆਉਣੀਆਂ ਨੇ ਕਿ ਨਹੀਂ ਆਉਣੀਆਂ। ਅੱਲਾ ਸੋਹਣਿਆ ਇਸੇ ਰਮਜ਼ਾਨ ਦੁਆਵਾਂ ਕਰਦੇ ਆ, ਅੱਲਾ ਸਾਨੂੰ ਮਾਫ਼ ਕਰ ਦੇ, ਸਾਡੇ ਗੁਨਾਹਾਂ ਨੂੰ ਮਾਫ਼ ਕਰ ਦੇ, ਅੱਲਾ ਸਾਡੀਆਂ ਗਲਤੀਆਂ ਨੂੰ ਮਾਫ਼ ਕਰ ਦੇ, ਅੱਲਾ ਜੇ ਅਸੀਂ ਕਿਸੇ ਦੀਆਂ ਗੀਬਤਾਂ ਕੀਤੀਆਂ ਨੇ ਅੱਲਾ ਮਾਫ਼ ਕਰ ਦੇ, ਅੱਲਾ ਕਿਸੇ ਦੀਆਂ ਚੁਗਲੀਆਂ ਕੀਤੀਆਂ ਨੇ ਅੱਲਾ ਮਾਫ਼ ਕਰ ਦੇ, ਅੱਲਾ ਮੈਂ ਕਿਸੇ ਦੇ ਜ਼ਨਾਕਾਰੀਆਂ ਕੀਤੀਆਂ ਨੇ ਅੱਲਾ ਮਾਫ਼ ਕਰ ਦੇ, ਅੱਲਾ ਕਿਸੇ ਨੂੰ ਗਾਲੀਆਂ ਕੱਢੀਆਂ ਨੇ ਤੇ ਮਾਫ਼ ਕਰ ਦੇ, ਅੱਲਾ ਕਿਸੇ ਦਾ ਦਿਲ ਦੁਖਾਇਆ ਤੇ ਮਾਫ਼ ਕਰ ਦੇ, ਅੱਲਾ ਕਿਸੇ ਵਾਲਿਦੈਨ ਨੇ ਅੱਲਾ ਕਿਸੇ ਔਲਾਦ ਨੇ ਮਾਪਿਆਂ ਦਾ ਦਿਲ ਦੁਖਾਇਆ ਤੇ ਅੱਲਾ ਮਾਫ਼ ਕਰ ਦੇ। ਅੱਲਾ ਕੋ ਅੱਲਾ ਅੱਲਾ, ਐਸੇ ਮੰਦਰ ਵੀ ਦੇਖੇ ਨੇ ਕਿ ਦੁਨੀਆਂ ਦੇ ਅੰਦਰ ਕਈ ਵਾਲਿਦੈਨ ਆ ਕੇ ਕਹਿੰਦੇ ਨੇ ਮੌਲਾਨਾ ਸਾਹਿਬ ਦੁਆ ਕਰੋ ਨਾ, ਕਾਹਦੀਆਂ ਦੁਆਵਾਂ, ਔਲਾਦ ਮੰਗਣਾ ਚਾਹੁੰਦੇ ਹੋ? ਨਾ ਨਾ ਨਾ, ਅੱਲਾ ਪਾਕ ਦੀਆਂ ਬੜੀਆਂ ਬੜੀਆਂ ਨੇਮਤਾਂ ਨੇ। ਅੱਲਾਹੁ ਅਕਬਰ ਕਬੀਰਾ। ਫਿਰ ਕਾਹਦੀਆਂ ਦੁਆਵਾਂ ਕਰਨਾ ਚਾਹੁੰਦੇ ਹੋ? ਆਂਦੇ ਨੇ ਮਾਲਕ ਕੋਲੋਂ ਦੁਆਵਾਂ ਕਰੋ ਨਾ ਕਿ ਮੇਰੇ ਬੇਟੇ ਕਿਸੇ ਜਗ੍ਹਾ ਤੇ ਇਕੱਠਿਆਂ ਬਹਿ ਜਾਣ, ਇੱਕ ਮੁਕਾਮ ਤੇ ਬਹਿ ਜਾਣ, ਇਹਨਾਂ ਦੇ ਦਰਮਿਆਨ ਪਿਆਰ ਤੇ ਮੁਹੱਬਤ ਕਾਇਮ ਹੋ ਜਾਏ, ਆਪਸ ਦੇ ਅੰਦਰ ਨਫ਼ਰਤਾਂ ਇੰਨੀਆਂ ਪੈ ਚੁੱਕੀਆਂ ਨੇ, ਆਪਸ ਦੇ ਅੰਦਰ ਅਦਾਵਤਾਂ ਇੰਨੀਆਂ ਪੈ ਚੁੱਕੀਆਂ ਨੇ। ਅੱਲਾਹੁ ਅੱਲਾ ਅੱਲਾ, ਆਓ ਲੋਕੋ ਮਾਫ਼ੀਆਂ ਮੰਗ ਲਓ, ਮੌਕਾ ਮਿਲ ਗਿਆ ਏ, ਇਹ ਕੜੀਆਂ ਮੁੱਕ ਜਾਣੀਆਂ ਨੇ ਤੇ ਫਿਰ ਉਦੋਂ ਅੱਲਾ ਪਾਕ ਦੇ ਦਰਬਾਰ ਅੰਦਰ ਹੀ ਪਹੁੰਚਣਾ ਪੈਗਾ, ਫਿਰ ਮਾਫ਼ੀ ਦਾ ਮੌਕਾ ਨਹੀਂ ਮਿਲਣਾ। ਔਰ ਜਦੋਂ ਚਾਬੀ ਉਮਰ ਦੀ ਮੁੱਕ ਜਾਣੀ, ਕੜੀ ਚੱਲਦੀ ਚੱਲਦੀ ਰੁਕ ਜਾਣੀ, ਘੜੀ ਚੱਲਦੀ ਚੱਲਦੀ ਰੁਕ ਜਾਣੀ, ਤੇਰੇ ਕੋਟ ਉਮੀਦਾਂ ਦੇ ਟਹਿ ਜਾਣੇ, ਤੇਰੇ ਸਾਰੇ ਕੰਮ ਵਿੱਚ ਰਹਿ ਜਾਣੇ, ਉਹ ਨਬਜ਼ਾਂ ਰਹਿਣ ਹਕੀਮਾਂ ਹੱਥ ਫੜੀਆਂ, ਗੋਲੀ ਮੌਤ ਵਾਲੀ ਸੀਨੇ ਠੁੱਕ ਜਾਣੀ,
ਓਏ ਲੋਕੋ ਮੌਤ ਦੇ ਆਉਣ ਤੋਂ ਪਹਿਲੇ ਪਹਿਲੇ ਮਾਫੀਆਂ ਮੰਗ ਲਓ। ਉਹ ਮਾਲਕ ਕਹਿੰਦਾ ਹੈ ਕਿ ਲੋਕੋ ਮੈਂ ਉਹਨੂੰ ਤਾਂ ਤੇਰੇ ਵਾਸਤੇ ਇਹ ਦਰਵਾਜ਼ਾ ਖੋਲਿਆ ਏ, ਆਪਣੀ ਮੌਤ ਤੋਂ ਪਹਿਲੇ ਪਹਿਲੇ ਮੇਰੇ ਕੋਲੋਂ ਮਾਫੀ ਮੰਗ ਲੈ, ਆਪਣੀ ਮੌਤ ਦੇ ਅੰਤ ਤੋਂ ਪਹਿਲੇ ਪਹਿਲੇ ਇਹ ਦਰਵਾਜ਼ਾ ਮੈਂ ਐਸਾ ਖੋਲਿਆ, ਗੁਨਾਹ ਕਰਦਾ ਰਹਿ, ਮਤ ਸਮਝ ਕਿ ਮੈਂ ਗੁਨਾਹ ਕਰਦਾ ਰਹਾਂਗਾ, ਮਾਯੂਸੀ ਇਖਤਿਆਰ ਨਾ ਕਰਿਆ ਕਰ, ਮਾਯੂਸ ਨਾ ਹੋਇਆ ਕਰ ਕਿ ਕਿਤੇ ਅੱਲਾ ਮੈਨੂੰ ਮਾਫ਼ ਨਹੀਂ ਕਰੇਗਾ, ਅੱਲਾ ਤੈਨੂੰ ਮਾਫ਼ ਕਰ ਦੇਗਾ, ਬਸ ਤੈਨੂੰ ਅੱਲਾ ਨਾਲ ਤਾਰ ਮਿਲਾਉਣੀ ਪੈ ਗਈ, ਅੱਲਾ ਤੈਨੂੰ ਮਾਫ਼ ਕਰ ਦੇਵੇਗਾ, ਪਰ ਤੈਨੂੰ ਅੱਲਾ ਦੇ ਨਾਲ ਆਪਣਾ ਰਾਬਤਾ ਕਾਇਮ ਕਰਨਾ ਪਏਗਾ, ਅੱਲਾ ਤੈਨੂੰ ਮਾਫ਼ ਕਰ ਦੇਵੇਗਾ, ਅੱਲਾ ਤੇਰੇ ਐਪਾਂ ਤੇ ਪਰਦਾ ਪੋਸ਼ੀ ਵੀ ਕਰ ਦੇਵੇਗਾ, ਪਰ ਤੈਨੂੰ ਰੱਬ ਦੇ ਸਾਹਮਣੇ ਮੁੜਨਾ ਪਵੇਗਾ, ਰੱਬ ਸਾਹਮਣੇ ਆਉਣਾ ਪਏਗਾ। ਨਹੀਂ ਨਹੀਂ, ਇੱਥੇ ਸਿਨੇਮਿਆਂ ਦੇ ਅੰਦਰ ਜਾ ਕਰਕੇ ਰੱਬ ਨਹੀਂ ਮੰਨੇਗਾ, ਇੱਥੇ ਜਨਾਬ ਫਿਲਮਾਂ ਦੇਖਦੇ ਆ ਰੱਬ ਨਹੀਂ ਮੰਨੇਗਾ, ਗਾਣੇ ਸੁਣਦੇ ਆ ਰੱਬ ਨਾਲ ਰੱਬ ਇਹ ਰੱਬ ਨਹੀਂ ਮੰਨੇਗਾ। ਉਹ ਲੋਕੋ ਰੱਬ ਮੰਨਦਾ ਆਪਣੇ ਸਾਹਮਣੇ ਆਇਆ ਤੇ ਮੰਨਦਾ ਹੈ, ਆਪਣੇ ਸਾਹਮਣੇ ਸਜਦੇ ਅੰਦਰ ਸਿਰ ਛਿਟਿਆ ਮੰਨਦਾ ਹੈ, ਔਰ ਰੱਬ ਮੰਨਦਾ ਹੈ ਇਨਸਾਨ ਜਦੋਂ ਆਪਣੇ ਸਾਰੇ ਇਹ ਕੰਮ ਇੱਕ ਪਾਸੇ ਰੱਖ ਕੇ ਸਜਦੇ ਦੇ ਅੰਦਰ ਡਿੱਗ ਕਰਕੇ ਅੱਖਾਂ ਚੋਂ ਆਂਸੂ ਦੀ ਝੜੀ ਲਾ ਕਰਕੇ ਉਹ ਇਹ ਫਰਮਾਇਆ ਕਿ ਤੇਰੇ ਕੋਲੋਂ ਆਂਸੂ ਨਹੀਂ ਵੀ ਨਿਕਲਦਾ, ਤੂੰ ਜ਼ਬਰਦਸਤੀ ਲੈ ਕਰਕੇ ਆ, ਅਗਰ ਤੇਰੇ ਅੱਖਾਂ ਦੇ ਅੰਦਰ ਅੱਲਾ ਦੇ ਡਰ ਦੀ ਵਜ੍ਹਾ ਕਰਕੇ, ਅੱਲਾ ਦੇ ਖੌਫ ਦੀ ਵਜ੍ਹਾ ਕਰਕੇ ਅਗਰ ਤੇਰੀ ਅੱਖ ਦੇ ਅੰਦਰ ਤਰੀ ਵੀ ਆ ਗਈ ਤੇ ਰੱਬੇ ਕਾਬਾ ਦੀ ਕਸਮ ਹੈ, ਅਰਸ਼ ਵਾਲਾ ਰੱਬ ਤੇਰੀ ਪਿਛਲੀ ਸਾਰੀ ਜ਼ਿੰਦਗੀ ਦੇ ਗੁਨਾਹਾਂ ਤੇ ਮਾਫੀਆਂ ਤੇ ਕਲਮ ਫੇਰ ਕੇ ਅਰਸ਼ ਵਾਲਾ ਰੱਬ ਤੈਨੂੰ ਜੰਨਤ ਦਾ ਦਾਖਲਾ ਤਾ ਕਰ ਦੇਵੇਗਾ। ਜੰਨਤ ਮਿਲੇਗੀ ਲੇਕਿਨ ਪਹਿਲੇ ਰੱਬ ਨੂੰ ਮਨਾ ਲੈਣ ਦੀ, ਤੇ ਰੱਬ ਨੂੰ ਮਨਾਉਣਾ ਹੈ ਅੱਜ, ਅਸੀਂ ਮਨਾਉਣਾ ਹੈ ਹਜ਼ਰਤ, ਆਓ ਰੱਬ ਨੂੰ ਮਨਾਈਏ। ਔਰ ਰੱਬ ਕੋਈ ਔਖਾ ਕੰਮ ਨਹੀਂ ਹੈ, ਔਖਾ ਟਾਈਮ ਨਹੀਂ ਹੈ, ਔਖਾ ਕੰਮ ਬੋਲੋ ਔਖਾ ਕੰਮ ਨਹੀਂ ਹੈ ਕਿ ਅਸੀਂ ਉਹਦੇ ਵਾਸਤੇ ਜੁਸਤਜੂ ਕਰੀਏ। ਮੌਲਾਨਾ ਸਾਹਿਬ ਸਾਨੂੰ ਤੇ ਨਾ ਉਮੀਦ ਕਰ ਦਿੱਤਾ ਨਾ ਇਹਨਾਂ ਉਲਮਾ ਮੌਲਵੀਆਂ ਨੇ, ਉਲਮਾ ਸੂ ਨੇ, ਕਿ ਬਈ ਏਡਾ ਵੱਡਾ ਗੁਨਾਹ, ਏਡਾ ਵੱਡਾ ਗੁਨਾਹ ਤੇਰਾ ਮਾਫ ਹੀ ਨਹੀਂ ਹੋਣਾ, ਤੂੰ ਤੇ ਪਤਾ ਨਹੀਂ ਕੀ ਕਰ ਲਿਆ, ਉਹ ਤੂੰ ਜਾ ਇੰਜ ਕਰ, ਜਾ ਕੇ ਜਨਾਬ ਦੋ ਬੱਕਰੇ ਸਦਕੇ ਦੇ ਦੇ, ਜਾ ਕੇ ਫਲਾਂ ਕੰਮ ਕਰ, ਤੇਰਾ ਫਿਰ ਗੁਨਾਹ ਦੀ ਤਲਾਫੀ ਹੋ ਜਾਏਗੀ। ਓਏ ਲੋਕੋ ਇਹ ਸਾਰੇ ਮੁਸ਼ਕਲ ਕੰਮ ਹੈ, ਰੱਬ ਤੇ ਇੰਨੀ ਗੱਲ ਤੇ ਰਾਜ਼ੀ ਹੋ ਜਾਂਦਾ ਕਿ ਬੰਦਾ ਕਹਿੰਦਾ ਨਾ ਆ ਕੇ, ਅੱਲਾ ਮੈਂ ਗੁਨਾਹਗਾਰ ਹਾਂ, ਤੇਰੇ ਬਾਜੋ ਮੇਰਾ ਕੋਈ ਨਹੀਂ, ਇਹ ਦੋ ਲਫ਼ਜ਼ ਬੋਲਦਾ ਤੇ ਅਰਸ਼ ਵਾਲਾ ਰੱਬ ਕਹਿੰਦਾ ਅਗਲੀ ਗੱਲ ਕਰਨ ਦੀ ਲੋੜ ਨਹੀਂ, ਮੈਂ ਤੇਰੇ ਗੁਨਾਹ ਮਾਫ਼ ਕਰ ਛੱਡੇ, ਮੈਂ ਤੇਰੇ ਗੁਨਾਹ ਮਾਫ਼ ਕੀਤੇ। ਹਜ਼ਰਤ ਮੂਸਾ ਅਲੈਹਿ ਸਲਾਮ ਵਕਤ ਦੇ ਸਾਰੇ ਲੋਕ ਮੂਸਾ ਅਲੈਹਿ ਸਲਾਮ ਕੋਲ ਆਏ ਨਾ, ਆ ਕੇ ਕਹਿਣ ਲੱਗੇ ਜਨਾਬੇ ਮੂਸਾ ਅਲੈਹਿ ਸਲਾਮ ਨੂੰ ਕਿ ਐ ਮੂਸਾ ਹਾਲਾਤ ਬੜੇ ਖਰਾਬ ਹੋ ਗਏ ਨੇ, ਬਾਰਿਸ਼ ਨਹੀਂ ਪੈ ਰਹੀ, ਆਓ ਨਾ ਚੱਲ ਕੇ ਅੱਲਾ ਕੋਲੋਂ ਦੁਆ ਕਰੀਏ ਤੇ ਅੱਲਾ ਆਪਣੀ ਰਹਿਮਤ ਨਾਜ਼ਿਲ ਫਰਮਾਏ। ਅੱਜ ਵੀ ਮੌਸਮ ਬੜਾ ਗਰਮ ਹੈ, ਦੋ ਦਿਨਾਂ ਤੋਂ ਗਰਮ ਹੈ, ਦੁਆ ਕਰੋ ਅੱਲਾ ਆਪਣੀ ਰਹਿਮਤ ਦਾ ਨਜ਼ੂਲ ਫਰਮਾ। ਉੱਚੀ ਕੋ ਆਮੀਨ। ਅੱਲਾ ਅਸੀਂ ਤੇਰੇ ਗੁਨਾਹਗਾਰ ਬੰਦੇ ਹਾਂ, ਸਾਡੀਆਂ ਦੁਆਵਾਂ ਔਰ ਕੁਰਬਾਨ ਜਾਵਾਂ। ਇੱਕ ਬੜੀ ਪਿਆਰੀ ਬਾਤ, ਜਿਹੜਾ ਬੰਦਾ ਅੱਲਾ ਦਾ ਵਲੀ ਹੈ ਨਾ, ਇਹ ਤੇ ਦੁਆ ਕਰੇ ਅੱਲਾ ਪਾਕ ਇਹਦੀ ਦੁਆ ਨੂੰ ਸ਼ਰਬੇ ਕਬੂਲੀਅਤ ਅਦਾ ਕਰਦੇ ਆ, ਲੇਕਿਨ ਇਹਦੇ ਨਾਲੋਂ ਜ਼ਿਆਦਾ ਰੱਬ ਉਦੋਂ ਖੁਸ਼ ਹੁੰਦਾ ਜਦੋਂ ਕੋਈ ਬੰਦਾ ਗੁਨਾਹ ਕਰਕੇ ਦੁਆ ਕਰੇ। ਤੇ ਹਜ਼ਰਤ ਮੂਸਾ ਅਲੈਹਿ ਸਲਾਮ ਆਪਣੇ ਹਵਾਰੀਆਂ ਨੂੰ ਨਾਲ ਲਿਆ, ਮੈਦਾਨ ਅੰਦਰ ਚਲੇ ਗਏ, ਜਾ ਕੇ ਹੱਥ ਚੁੱਕੇ ਅੱਲਾ ਪਾਕ ਦੇ ਸਾਹਮਣੇ ਦੁਆਵਾਂ ਕੀਤੀਆਂ, ਅੱਲਾ ਅਸੀਂ ਗੁਨਾਹਗਾਰ ਹਾਂ, ਮੌਸਮ ਬੜਾ ਖਰਾਬ ਹੈ ਤੇ ਤੂੰ ਬਾਰਿਸ਼ ਅਤਾ ਫਰਮਾ। ਇਮਾਮੇ ਕਾਇਨਾਤ ਸਰਵਰੇ ਕਾਇਨਾਤ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ, ਮੂਸਾ ਅਲੈਹਿ ਸਲਾਮ ਨੇ ਦੁਆਵਾਂ ਕੀਤੀਆਂ ਤੇ ਆਸਮਾਨੋਂ ਪੈਗਾਮ ਆ ਗਿਆ, ਐ ਮੂਸਾ ਤੇਰੀ ਮਹਿਫਲ ਦੇ ਅੰਦਰ ਇੱਕ ਗੁਨਾਹਗਾਰ ਬੈਠਾ ਏ, ਤੇਰੀ ਮਹਿਫਲ ਦੇ ਅੰਦਰ ਇੱਕ ਖਤਾਕਾਰ ਬੈਠਾ ਏ, ਜਦੋਂ ਤੱਕ ਤੇਰੀ ਮਹਿਫਲ ਚੋਂ ਜਾਏਗਾ ਨਹੀਂ ਮੈਂ ਬਾਰਿਸ਼ ਨਾਜ਼ਲ ਨਹੀਂ ਕਰਾਂਗਾ, ਮੈਂ ਬਾਰਿਸ਼ ਨਹੀਂ ਪਾਵਾਂਗਾ। ਹਜ਼ਰਤ ਮੂਸਾ ਅਲੈਹਿ ਸਲਾਮ ਆਪਣੇ ਮਜਮੇ ਤੋਂ
ਹੈਰਾਨ ਕਰਦੇ ਨੇ ਕਿ ਤੁਹਾਡੇ ਵਿੱਚੋਂ ਕਿਹੜਾ ਬੰਦਾ ਗੁਨਾਹਗਾਰ ਹੈ ਜਿਹਨੇ ਅੱਲਾ ਪਾਕ ਨੂੰ ਨਾਰਾਜ਼ ਕੀਤਾ ਹੈ। ਜਿਸ ਬੰਦੇ ਨੇ ਅੱਲਾ ਨੂੰ ਨਾਰਾਜ਼ ਕੀਤਾ ਹੈ ਉਹ ਆਪਣੇ ਇਸ ਮਹਿਫਲ ਤੋਂ ਉੱਠ ਕਰਕੇ ਚਲਾ ਜਾਏ। ਅੱਲਾ ਹੁਵੱਲਾ ਅੱਲਾ ਹੈ। ਇੰਜ ਕਰਕੇ ਸਾਰੇ ਬੰਦੇ ਆਪਣੇ ਆਪਣੇ ਗਿਰੇਬਾਨ ਵੱਲ ਵੇਖਦੇ ਨੇ। ਇਹਨਾਂ ਦੇ ਵਿੱਚ ਉਹ ਵੀ ਗੁਨਾਹਗਾਰ ਹੈ ਜਿਹਨੇ ਆਪਣੇ ਦਿਲ ਅੰਦਰ ਆਪਣੇ ਗਿਰੇਬਾਨ ਅੰਦਰ ਜਾ ਗਿਆ। ਵੇਖ ਕਰਕੇ ਕਹਿੰਦਾ ਮਾਲਿਕਾ ਇਹਨੇ ਬੰਦਿਆਂ ਦੇ ਅੰਦਰ ਅੱਜ ਉੱਠ ਕਰਕੇ ਜਾਵਾਂਗਾ ਤੇ ਬਦਨਾਮੀ ਹੋ ਜਾਏਗੀ। ਅੱਲਾਹੁ ਅਕਬਰ ਕਬੀਰਾ। ਉੱਥੇ ਬੈਠਿਆਂ ਬੈਠਿਆਂ ਆਪਣੇ ਰੱਬ ਨਾਲ ਕਨੈਕਟ ਕੀਤਾ, ਆਪਣੇ ਰੱਬ ਨਾਲ ਰਾਬਤਾ ਕਾਇਮ ਕੀਤਾ, ਆਪਣੇ ਰੱਬ ਕੋਲੋਂ ਮਾਫੀਆਂ ਮੰਗੀਆਂ ਨੇ। ਅੱਲਾ ਸੋਹਣਿਆ ਮੈਂ ਅੱਜ ਤੋਂ ਬਾਅਦ ਗੁਨਾਹ ਨਹੀਂ ਕਰਾਂਗਾ, ਪਰ ਅੱਲਾ ਅੱਜ ਮੇਰੀ ਇੱਜ਼ਤ ਨੂੰ ਮਹਿਫੂਜ਼ ਕਰ ਦੇ, ਅੱਜ ਅੱਲਾ ਮੇਰੇ ਆਪਾਂ ਤੇ ਪਰਦਾ ਪੋਸ਼ੀਆਂ ਪਾ ਲੈ। ਅੱਲਾਹੁ ਅੱਲਾ ਅੱਲਾ। ਇਹਨੇ ਦੁਆਵਾਂ ਕੀਤੀਆਂ ਨੇ, ਥੋੜੀ ਦੇਰ ਗੁਜ਼ਰੀ ਏ, ਅਜੇ ਮਹਿਫਲ ਦੇ ਅੰਦਰੋਂ ਕੋਈ ਬੰਦਾ ਉੱਠ ਕਰਕੇ ਗਿਆ ਨਹੀਂ ਤੇ ਬਾਹਰੋਂ ਕੋਈ ਬੰਦਾ ਮਹਿਫਲ ਦੇ ਅੰਦਰ ਆਇਆ ਕੋਈ ਨਹੀਂ। ਇੰਨੀ ਥੋੜੀ ਦੇਰ ਗੁਜ਼ਰੀ ਏ ਕਿ ਆਸਮਾਨਾਂ ਤੇ ਬਦਲੀ ਆ ਜਾਂਦੀ ਏ, ਔਰ ਬਦਲੀ ਨੇ ਬਾਰਿਸ਼ ਪਾਉਣ ਦੀ ਇਤਦਾਵਾਂ ਕੀਤੀਆਂ। ਹਜ਼ਰਤ ਮੂਸਾ ਅਲੈਹਿ ਸਲਾਮ ਆਪਣੇ ਰੱਬ ਦੇ ਸਾਹਮਣੇ ਐਲਾਨ ਕਰਦੇ, ਅੱਲਾ ਸੋਹਣਿਆ ਅਰਜ਼ਾਂ ਕੀਤੀਆਂ ਨੇ, ਅੱਲਾ ਤੂੰ ਤੇ ਕਹਿੰਦਾ ਕਿ ਇਹ ਗੁਨਾਹਗਾਰ ਹੈ, ਮੈਂ ਇਹਦੀ ਵਜ੍ਹਾ ਤੋਂ ਬਾਰਿਸ਼ ਨਹੀਂ ਪਾਵਾਂਗਾ, ਅਜੇ ਮੇਰੀ ਮਹਿਫਲ ਚੋਂ ਬੰਦਾ ਉੱਠ ਕਰਕੇ ਨਹੀਂ ਗਿਆ, ਤੂੰ ਫਿਰ ਵੀ ਬਾਰਿਸ਼ਾਂ ਪਾ ਛੱਡੀਆਂ ਨੇ। ਆਵਾਜ਼ ਆਉਂਦੀ ਹੈ, ਐ ਮੇਰੇ ਮੂਸਾ ਨਬੀ, ਜਿਸ ਬੰਦੇ ਤੇ ਮੈਂ ਨਾਰਾਜ਼ ਸਾਂ ਉਸ ਬੰਦੇ ਨੇ ਮੈਨੂੰ ਮਨਾ ਲਿਆ ਏ, ਉਸ ਬੰਦੇ ਨੇ ਮੈਨੂੰ ਰਾਜ਼ੀ ਕਰ ਲਿਆ। ਕਿਵੇਂ ਰਾਜ਼ੀ ਕਰ ਲਿਆ? ਮੂਸਾ ਅਲੈਹਿ ਸਲਾਮ ਫਰਮਾਉਂਦੇ ਨੇ ਅੱਲਾ ਸੋਹਣਿਆ ਉਹ ਕਿਹੜਾ ਬੰਦਾ ਜਿਹਨੇ ਏਡੀ ਜਲਦੀ ਸਪੀਡ ਦੇ ਨਾਲ ਤੈਨੂੰ ਮਨਾ ਲਿਆ? ਅੱਲਾ ਫਰਮਾਉਂਦੇ ਨੇ ਮੂਸਾ ਜਦੋਂ ਉਹ ਗੁਨਾਹ ਕਰਦਾ ਰਿਹਾ ਮੈਂ ਤਾਂ ਤੈਨੂੰ ਨਹੀਂ ਦੱਸਿਆ, ਅੱਜ ਉਹਨੇ ਮੇਰੇ ਕੋਲੋਂ ਮਾਫੀਆਂ ਮੰਗ ਕੇ ਮੈਨੂੰ ਰਾਜ਼ੀ ਕਰ ਲਿਆ, ਅੱਜ ਉਹਨੇ ਮੈਨੂੰ ਮਨਾ ਲਿਆ ਤੇ ਮੈਂ ਕਿਵੇਂ ਨਾਮ ਦੱਸ ਦੇਵਾਂ? ਅੱਜ ਮੈਨੂੰ ਮਨਾ ਕਰਕੇ ਮੈਨੂੰ ਰਾਜ਼ੀ ਕਰ ਲਿਆ, ਮੈਂ ਤੈਨੂੰ ਕਿਵੇਂ ਦੱਸ ਦੇਵਾਂ? ਅੱਲਾਹੁ ਅੱਲਾ ਅੱਲਾ। ਅੱਲਾ ਫਰਮਾਉਂਦੇ ਨੇ ਮੂਸਾ ਇਹਨੇ ਮੈਂ ਇਹਦੇ ਪਰਦਿਆਂ ਤੇ ਐਬ, ਇਹਦੇ ਗੁਨਾਹਾਂ ਤੇ ਐਬ, ਇਹਦੇ ਐਬਾਂ ਤੇ ਮੈਂ ਪਰਦੇ ਪਾਵਾਂਗਾ, ਮੈਂ ਤੈਨੂੰ ਨਾਮ ਨਹੀਂ ਦੱਸਾਂਗਾ। ਅੱਲਾਹੁ ਅਕਬਰ ਕਬੀਰਾ। ਆਓ ਲੋਕੋ, ਤੂੰ ਵੀ ਗੁਨਾਹ ਕੀਤੇ ਨੇ, ਮੈਂ ਵੀ ਗੁਨਾਹ ਕੀਤੇ ਨੇ, ਅੱਜ ਮਾਲਕ ਦੇ ਸਾਹਮਣੇ ਆ ਕੇ ਰੋਈਏ ਨਾ, ਮਾਲਕਾ ਸਾਡੇ ਗੁਨਾਹਾਂ ਤੇ ਤੂੰ ਪਰਦੇ ਪਾਏ ਨੇ, ਤੇ ਫਿਰ ਇਹਨਾਂ ਪਰਦਿਆਂ ਦੀ ਲੱਜ ਰੱਖਦੇ ਆ। ਅੱਜ ਰਮਜ਼ਾਨ ਦੇ ਇਸ ਅਲਵਿਦਾਈ ਜੁਮੇ ਦੇ ਅੰਦਰ ਅਸੀਂ ਤੇਰੇ ਕੋਲੋਂ ਮਾਫੀਆਂ ਮੰਗਦੇ ਆ, ਅਸੀਂ ਤੇਰੇ ਕੋਲੋਂ ਗੁਨਾਹਾਂ ਦੀਆਂ ਮਾਫੀਆਂ ਮੰਗਦੇ ਆ, ਜਿਹੜੇ ਗੁਨਾਹ ਇੱਕ ਨੂੰ ਪਤਾ ਹੈ ਤੇ ਦੂਸਰੇ ਨੂੰ ਨਹੀਂ ਪਤਾ। ਅੱਲਾ ਇੱਕ ਹੱਥ ਨਾਲ ਗੁਨਾਹ ਕੀਤੇ ਨੇ, ਦੂਸਰੇ ਹੱਥ ਨੂੰ ਵੀ ਨਹੀਂ ਪਤਾ। ਆਓ ਜ਼ਰਾ ਇਸ ਜੁਮੇ ਦੇ ਅੰਦਰ ਦੁਆ ਕਰੀਏ, ਰੱਬੇ ਕਾਬਾ ਦੀ ਕਸਮ ਸ਼ਾਇਦ ਅੱਲਾ ਪਾਕ ਦੇ ਅੱਲਾ ਪਾਕ ਦੀ ਬਾਰਗਾਹ ਦੇ ਅੰਦਰ ਤੁਹਾਡੇ ਕਿਸੇ ਦੀ ਆਮੀਨ ਕਬੂਲ ਹੋ ਜਾਏ। ਅੱਲਾ ਸੋਹਣਿਆ ਅਸੀਂ ਗੁਨਾਹਗਾਰ ਆ, ਸਾਨੂੰ ਮਾਫ਼ ਫਰਮਾ, ਉੱਚੀ ਬੋ ਆਮੀਨ। ਅੱਲਾ ਅਸੀਂ ਖਤਾਕਾਰ ਆ, ਸਾਨੂੰ ਮਾਫ਼ ਫਰਮਾ। ਅੱਲਾ ਅਸੀਂ ਸਿਆਕਾਰ ਆ, ਸਾਨੂੰ ਮਾਫ਼ ਫਰਮਾ। ਅੱਲਾ ਅਸੀਂ ਦਿਹਾੜੀ ਦੇ ਅੰਦਰ ਪਤਾ ਨਹੀਂ ਕਿੰਨੇ ਕਿੰਨੇ ਗੁਨਾਹ ਕਰਦੇ, ਅੱਲਾ ਮਾਫ਼ ਫਰਮਾ। ਅੱਲਾ ਅਸੀਂ ਆਪਣੀਆਂ ਬੇਟੀਆਂ ਤੇ ਕਿੰਨੇ ਜ਼ੁਲਮ ਕੀਤੇ, ਅੱਲਾ ਮਾਫ਼ ਫਰਮਾ। ਅੱਲਾ ਔਲਾਦ ਤੇ ਬੜਾ ਜ਼ੁਲਮ ਕੀਤਾ, ਅੱਲਾ ਮਾਫ਼ ਫਰਮਾ। ਅੱਲਾ ਅਸੀਂ ਗੁਨਾਹਗਾਰ ਆ, ਅੱਲਾ ਅਸੀਂ ਬੜੇ ਬੜੇ ਗੁਨਾਹ ਕੀਤੇ ਨੇ, ਅੱਲਾ ਸਾਨੂੰ ਅੱਜ ਮਾਫ਼ ਫਰਮਾ। ਅੱਲਾ ਤੇਰੀ ਮਹਿਫਲ ਚੋਂ ਉਦੋਂ ਤੱਕ ਉੱਠਣਾ ਨਹੀਂ ਚਾਹੁੰਦੇ ਜਦੋਂ ਤੱਕ ਤੇਰੇ ਮਾਫ਼ੀਆਂ ਦੇ ਆਰਡਰ ਨਾ ਹੋ ਜਾਣ, ਅੱਲਾ ਮਾਫ਼ ਫਰਮਾ। ਅੱਲਾ ਸਾਨੂੰ ਅੱਜ ਮਾਫ਼ ਕਰ ਦੇ, ਅੱਲਾ ਰਮਜ਼ਾਨ ਦੇ ਇਸ ਕਿਆਮ ਦੇ ਬਦਲੇ ਅੰਦਰ ਮਾਫ਼ ਕਰ ਦੇ, ਅੱਲਾ ਰਮਜ਼ਾਨ ਦੀਆਂ ਇਸ ਬਰਕਤਾਂ ਦੇ ਨਾਲ ਸਾਨੂੰ ਅੱਜ ਮਾਫ਼ ਕਰ ਦੇ। ਅੱਲਾ ਰਮਜ਼ਾਨ ਦੀਆਂ ਇਹਨਾਂ ਘੜੀਆਂ ਦੀ ਵਜ੍ਹਾ ਕਰਕੇ ਸਾਨੂੰ ਮਾਫ਼ ਕਰ ਦੇ। ਅੱਲਾ ਤੂੰ ਮਾਫ਼ ਕਰਨ ਵਾਲਾ, ਅੱਲਾ ਅੱਜ ਮਾਫ਼ ਕਰ ਦੇ। ਅੱਲਾ ਤੇਰੇ ਬਾਜੋ ਸਾਡਾ ਸਹਾਰਾ ਕੋਈ ਨਹੀਂ, ਅੱਲਾ ਅੱਜ ਮਾਫ਼ ਕਰ ਦੇ। ਅੱਲਾ ਤੇਰੇ ਬਾਜੋ ਅੱਜ ਸਾਡਾ ਕੋਈ ਨਹੀਂ, ਅੱਲਾ ਸਾਡੇ ਅੱਜ ਗੁਨਾਹਾਂ ਨੂੰ ਨੇਕੀਆਂ ਦੇ ਅੰਦਰ ਤਬਦੀਲ ਫਰਮਾ ਦੇ। ਅੱਲਾ ਸਾਡੇ ਅਸੀਂ ਨਦਾਮਤ ਇਖਤਿਆਰ ਕਰਦੇ ਆ, ਅੱਲਾ
ਆਸ਼ੀ ਮਸ਼ੇ ਮਾਨੇ ਦੇ ਆਲ ਮੰਦਰ ਤੇਰੇ ਦਰਵਾਜ਼ੇ ਤੇ ਆਇਆ ਅੱਲਾ ਸਾਡਾ ਸਿਰ ਚੁੱਕਿਆ ਹੈ ਅੱਲਾ ਅੱਖਾਂ ਚ ਆਸੂਆਂ ਦੀਆਂ ਝੜੀਆਂ ਲਾ ਕੇ ਮੰਗਦੇ ਅੱਲਾ ਮੁਆਫ ਕਰ ਦੇ ਆਮੀਨਾ ਦੇ ਲਾਲ ਅਲੀ ਸਲਾਤੋ ਸਲਾਮ ਦੇ ਕੋਲੇ ਕੋਰਤ ਆਈਏ ਇਲਾ ਮਨ ਤਾਬਵ ਆਮਨਾ ਵ ਆਮੀਨਾ ਅਮਲਨ ਸਾਲਿਹਨ ਫਉਲਾ ਯੁਬਦਿਲੁਲਲਾਹੁ ਸਯਿਆਤਿਹਿਮ ਹਸਨਾਤ ਇੱਕ ਔਰਤ ਆਈ ਆ ਕੇ ਜੋ ਹੈ ਨਾ ਕਬੀਲੇ ਦੀ ਔਰਤ ਆ ਕੇ ਮਹਬੂਬ ਦੇ ਸਾਹਮਣੇ ਰੋ ਪੈਂਦੀ ਹੈ ਆਂਦੀ ਮਹਬੂਬ ਸੋਹਣਿਆ ਤਾਂ ਫਿਰ ਨਹੀਂ ਤਾਂ ਫਿਰ ਨਹੀਂ ਅੱਲਾ ਸੋਹਣਿਆ ਮਹਬੂਬ ਸੋਹਣਿਆ ਤਾਂ ਫਿਰ ਨਹੀਂ ਤਾਂ ਫਿਰ ਨਹੀਂ ਇਹਨੂੰ ਆਪਣੇ ਗੁਨਾਹ ਤੇ ਇੰਨੀਆਂ ਪਛਮਾਨੀਆਂ ਨੇ ਆਪਣੇ ਗੁਨਾਹ ਤੇ ਇੰਨਾ ਦੁੱਖ ਲੱਗਿਆ ਹੈ ਆਪਣੇ ਗੁਨਾਹ ਤੇ ਦਿਲ ਅੰਦਰ ਇਤਨੀ ਕਲਕ ਜਮ੍ਹਾਂ ਹੋ ਚੁੱਕੀ ਹੈ ਆ ਕੇ ਆਪ ਮੇਰੇ ਮਹਬੂਬ ਦੇ ਸਾਹਮਣੇ ਕਹਿਣ ਲੱਗ ਜਾਂਦੀ ਹੈ ਮਹਬੂਬ ਸੋਹਣਿਆ ਤਾਂ ਫਿਰ ਨਹੀਂ ਤਾਂ ਫਿਰ ਨਹੀਂ ਆਕਾ ਜੀ ਮੈਨੂੰ ਪਾਕ ਕਰ ਦਿਓ ਮੇਰੇ ਕੋਲੋਂ ਗੁਨਾਹ ਹੋ ਗਿਆ ਹੈ ਮਹਬੂਬ ਸੋਹਣਿਆ ਗੁਨਾਹ ਹੋ ਗਿਆ ਮੈਂ ਅੱਜ ਪਾਕ ਹੋਣਾ ਚਾਹੁੰਦੀ ਹਾਂ ਮੈਂ ਨਹੀਂ ਚਾਹੁੰਦੀ ਕਿ ਮੈਂ ਇਸ ਗੁਨਾਹ ਦੀ ਹਾਲਤ ਅੰਦਰ ਆਪਣੇ ਰੱਬ ਦੇ ਦਰਬਾਰ ਅੰਦਰ ਜਾਵਾਂ ਮੈਂ ਕਿਹੜਾ ਮੋਹ ਲੈ ਕੇ ਗੁਨਾਹਾਂ ਵਾਲਾ ਭਾਰ ਚੋ ਕਰਕੇ ਮੈਂ ਰੱਬ ਦੇ ਸਾਹਮਣੇ ਨਹੀਂ ਜਾਣਾ ਚਾਹੁੰਦੀ ਅੱਲਾ ਮੈਂ ਰੱਬ ਦੀ ਅਦਾਲਤ ਦੇ ਅੰਦਰ ਮੁਜਰਮ ਨਹੀਂ ਬਣਨਾ ਚਾਹੁੰਦੀ ਅੱਲਾ ਸੋਹਣਿਆ ਤਾਂ ਫਿਰ ਨਹੀਂ ਤਾਂ ਫਿਰ ਨਹੀਂ ਮਹਬੂਬ ਸੋਹਣਿਆ ਮੈਨੂੰ ਬਾਤ ਕਰ ਦਿਓ ਆਕਾ ਫਰਮਾਉਂਦੇ ਨੇ ਨਹੀਂ ਆਉਣ ਵਾਲੀ ਇਹ ਮਸਲਾ ਕੀ ਹੈ ਆਂਦੀ ਹੈ ਮਹਬੂਬ ਸੋਹਣਿਓ ਮੇਰੇ ਕੋਲੋਂ ਜ਼ਨਾ ਹੋ ਗਿਆ ਇਸ ਜ਼ਨਾ ਦੀ ਵਜ੍ਹਾ ਕਰਕੇ ਮੇਰੇ ਪੇਟ ਅੰਦਰ ਇੱਕ ਬੱਚਾ ਪਲ ਰਿਹਾ ਹੈ ਆਕਾ ਜੀ ਮੈਂ ਪਾਕ ਹੋਣਾ ਚਾਹੁੰਦੀ ਹਾਂ ਮੈਂ ਗੁਨਾਹ ਲੈ ਕੇ ਮਾਲਕ ਦੇ ਸਾਹਮਣੇ ਨਹੀਂ ਜਾਣਾ ਚਾਹੁੰਦੀ ਆਕਾ ਫਰਮਾਉਂਦੇ ਨੇ ਨਹੀਂ ਆਉਣ ਵਾਲੀਏ ਤੂੰ ਤੇ ਗੁਨਾਹ ਕੀਤਾ ਪਰ ਇਸ ਬੱਚੇ ਦਾ ਕੀ ਕਸੂਰ ਹੈ ਜਾ ਵਾਪਸ ਚਲੀ ਜਾ ਵਾਪਸ ਜਾ ਕਰਕੇ ਜਦੋਂ ਬੇਟਾ ਬਹਿ ਜਾ ਜਦੋਂ ਔਲਾਦ ਪੈਦਾ ਹੋ ਜਾਏ ਇਹ ਬੱਚਾ ਜਨਮ ਦੇ ਲਵੇ ਤੇ ਫਿਰ ਮੇਰੇ ਕੋਲ ਵਾਪਸ ਆਈ ਅੱਲਾਹੁ ਅਕਬਰ ਕਬੀਰਾ ਇਹ ਔਰਤ ਚਲੀ ਜਾਂਦੀ ਹੈ ਜਾ ਕੇ ਜਦੋਂ ਬੱਚਾ ਜੜਿਆ ਨਾ ਇੱਕ ਇੱਕ ਰਾਤ ਦੀਆਂ ਇੱਕ ਇੱਕ ਕੜੀਆਂ ਇਸ ਔਰਤ ਦੀਆਂ ਬੜੀਆਂ ਔਖੀਆਂ ਗੁਜ਼ਰਦੀਆਂ ਨੇ ਰੋਂਦੀ ਹੈ ਹਰ ਵੇਲੇ ਅੱਲਾ ਕਿਤੇ ਇਸ ਗੁਨਾਹ ਦੀਆਂ ਮਾਫੀਆਂ ਤੋਂ ਪਹਿਲੇ ਮੌਤ ਨਾ ਆ ਜਾਏ ਅੱਲਾ ਇਸ ਬੱਚੇ ਦੇ ਜਨਮ ਤੋਂ ਪਹਿਲੇ ਮੌਤ ਨਾ ਆ ਜਾਏ ਇਹ ਨਾ ਰੋਂਦੀ ਹੈ ਨਾ ਅੱਲਾ ਮੈਨੂੰ ਇਸ ਦੁਨੀਆਂ ਤੇ ਇਸ ਬਦਲਾ ਲੈ ਕੇ ਗੁਨਾਹ ਮਾਫ ਕਰਵਾ ਲੈਣ ਦੀ ਆਖਰ ਵੇਲਾ ਆਇਆ ਇਸ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ ਇਹ ਪਹਿਲੇ ਦਿਨ ਜਨਮ ਦੇ ਕੇ ਤੇ ਤੋੜਾਂ ਲਾਈਆਂ ਮੇਰੇ ਆਮਿਨਾ ਦੇ ਲਾਲ ਦੀ ਮਹਿਫਲ ਅੰਦਰ ਆਈ ਹੈ ਆ ਕੇ ਰੋਣ ਲੱਗ ਗਏ ਮਹਬੂਬ ਸੋਹਣੇ ਅੱਜ ਤੇ ਪਾਕ ਕਰ ਦਿਓ ਨਾ ਮਹਬੂਬ ਸੋਹਣੇ ਅੱਜ ਤੇ ਮੈਨੂੰ ਪਾਕ ਕਰ ਦਿਓ ਆਮਿਨਾ ਦੇ ਲਾਲ ਫਰਮਾਉਂਦੇ ਨੇ ਕੀ ਹੋ ਗਿਆ ਹੈ ਆਂਦੀ ਹੈ ਮਹਬੂਬ ਸੋਹਣਿਆ ਬੱਚਾ ਜਨ ਲਿਆ ਮੈਨੂੰ ਜਲਦੀ ਨਾ ਪਾਕ ਕਰ ਦਿਓ ਮੈਂ ਗੁਨਾਹ ਦਾ ਭਾਰ ਨਹੀਂ ਚੁੱਕ ਸਕਦੀ ਮਹਬੂਬ ਸੋਹਣੇ ਇਸ ਗੁਨਾਹ ਦੇ ਭਾਰ ਨਾਲ ਮੇਰੀ ਇੱਕ ਇੱਕ ਰਾਤ ਔਖੀ ਹੋ ਗਈ ਹੈ ਮੇਰਾ ਇੱਕ ਇੱਕ ਦਿਨ ਮੁਸ਼ਕਲ ਹੋ ਚੁੱਕਿਆ ਹੈ ਨਾਲ ਅੱਜ ਤੇਰੇ ਤੇ ਮੇਰੇ ਚਾਰੀ ਚਾਰੀ ਸਾਲ ਗੁਜ਼ਰਿਆ ਗੁਨਾਹਾਂ ਦੇ ਅੰਦਰ ਕਦੀ ਅਸੀਂ ਰੱਬ ਦੇ ਸਾਹਮਣੇ ਖਲੋਣ ਦਾ ਜੁਰਦਾਂ ਨਹੀਂ ਕੀਤੀਆਂ ਕਦੀ ਸਾਨੂੰ ਆਪਣੇ ਗੁਨਾਹਾਂ ਤੇ ਪਛਮਾਨੀਆਂ ਨਹੀਂ ਹੋਈਆਂ ਕਦੀ ਅਸੀਂ ਰਾਤ ਨੂੰ ਆਪਣੀ ਚਾਰ ਪਾਈ ਤੇ ਲੇਟ ਕੇ ਨਹੀਂ ਸੋਚਿਆ ਕਿ ਅੱਜ ਦਿਹਾੜੀ ਦੇ ਅੰਦਰ ਅਸੀਂ ਕਿੰਨੇ ਗੁਨਾਹ ਕੀਤੇ ਨੇ ਕਦੀ ਸਾਡੇ ਦਿਲ ਨੇ ਸਾਨੂੰ ਨਹੀਂ ਉਭਾਰਿਆ ਕਿ ਤੁਹਾਡੇ ਗੁਨਾਹਾਂ ਦੀ ਵਜ੍ਹਾ ਕਰਕੇ ਆਸਮਾਨਾਂ ਦਾ ਰੱਬ ਕਿੰਨਾ ਨਾਰਾਜ਼ ਹੋ ਚੁੱਕਿਆ ਹੈ ਤੁਹਾਡੇ ਗੁਨਾਹਾਂ ਦੀ ਵਜ੍ਹਾ ਕਰਕੇ ਆਸਮਾਨਾਂ ਦੇ ਰੱਬ ਨੇ ਤੁਹਾਡੇ ਤੇ ਕਿੰਨੇ ਕਹਿਰ ਨਾਜ਼ਰ ਕਰ ਛੱਡੇ ਨੇ ਆ ਜਵਾਨਾ ਤੂੰ ਵੀ ਆਪਣੇ ਦਿਲ ਅੰਦਰ ਤੜਪ ਪੈਦਾ ਕਰ ਲੈ ਅੱਲਾ ਪਾਕ ਨੂੰ ਰਾਜ਼ੀ ਕਰਨ ਦੀ ਤੜਪ ਪੈਦਾ ਕਰ ਲੈ ਆਂਦੀ ਹੈ ਮਹਬੂਬ ਸੋਹਣਿਆ ਬੱਚਾ ਜਾਂ ਬੱਚਾ ਜਨਮ ਲੈ ਕਰਕੇ ਬੱਚੇ ਨੇ ਜਨਮ ਲੈ ਲਿਆ ਹੈ ਆਤਾ ਫਰਮਾਉਂਦੇ ਨੇ ਨੀ ਬੀਬੀ ਤੂੰ ਤੇ ਸਜ਼ਾਵਾਂ ਪਾ ਜਾਏਗੀ ਇਸ ਬੱਚੇ ਨੂੰ ਸੰਭਾਲਣ ਵਾਲਾ ਕੌਣ ਹੋਏਗਾ ਇਸ ਬੱਚੇ ਦੀਆਂ ਪਰਵਰਿਸ਼ਾਂ ਕੌਣ ਕਰੇਗਾ ਜਾ ਜਲੀ ਜਾ ਇਸ ਬੱਚੇ ਨੂੰ ਇਸ ਕਾਬਲ ਕਰ ਬੱਚਾ ਖਾਣ ਪੀਣ ਵਾਲਾ ਹੋ ਜਾਏ ਫਿਰ ਆਵੇ ਤੈਨੂੰ ਪਾ ਕਰ ਦਿਆਂਗੇ
फिर मेरे दरबार के अंदर आ जाए। औरत चली जाती है पर दिल अंदर गुनाह का शक लग जाए, दिल अंदर गुनाह दिया शीतड़ पई कि अल्लाह आज नहीं ते जल्दी जल्दी माफ कर दे, और जल्दी जल्दी अपने बच्चे नु खिलांदी पिलांदी है कि कदी ते मेरा बेटा जल्दी जल्दी खाना पीना शुरू कर दे। और गई है आकर के छे बां दा बच्चा है, हाथ के अंदर रोटी का टुकड़ा पकड़ाया है। जो तो बच्चे ने रोटी का टुकड़ा हाथ के अंदर पकड़ा ते तड़प पैंदी है, तोड़ती तोड़ती आमिना दे लाल दी महफल अंदर आई है। बच्चा सामने पेश किया है, महबूब सोणियो ए बच्चा हाथ के अंदर टुकड़ा रोटी का पकड़ के तुहाडे सामने दसदा पिया कि मैं रोटी खाण जोगा हो गया वा, पर मैनू गुनाह तो पाक कर दियो, मैं माफिया मंगना चाहनी हाँ, अल्लाह के सामने मुजरम बन के नहीं जाना चाहती। आमिना दिलाल फरमांदे ने मेरे सहाबा इस औरत नू लै जाओ ते संसार कर दिता जाए। सहाबा इकराम ने औरत नू पत्थर मार मार के संसार कर छड़िया है। हजरत खालिद बिन वलीद रजी अल्लाह तआला अनु इंज करके एक हड्डी मारी है, औरत दे हड्डी लगी ते खून का फवारा निकलिया। यह खून का फवारे दे नाल हजरत खालिद बिन वलीद के कपड़िया ते लग गया। हजरत खालिद बिन वलीद रजी अल्लाह तआला अनु कहन लगते ने, ऐ बदकार औरत तेरा तो भी ना पाके तेरा खून भी ना पाके तू मेरे बदन नू भी ना पा कर छड़िया है। यह खबरां चलदियां चलदियां मेरे कमली वाली सरकार दे कोल पहुंचियां ने। जट्टां दे पीर रब दे हबीब अली सलाम औरत दा जनाजा पढ़ान लगदे ने। अमीर उल मोमिनीन हजरत उमर बिन खत्ताब रजी अल्लाह तआला अनु आंदे ने, महबूब सोने बदकार औरत तुसी इहदा जनाजा पढ़ा रहे हो, इन्नियां गल्लां कीतियां ते मेरे नबी दियां अखां डुल पैंदियां ने, इन्नियां बातां कीतियां मेरे नबी दियां चीखां निकल जांदियां ने। आमिना दिलाल रो पैंदे ने, आमिना दिलाल फरमांदे ने, उमर और खालिद बिन वलीद गल सुन लवो, जिस औरत नू तुसी बदकार औरत कहिंदे पै जे, जिस औरत नू तुसी नापाक औरत कहिंदे पै जे, रब्बे काबा दी कसम रब देखा इन्नी चंगी बन गई है, रब देखा इन्नी अच्छी बन चुकी है। अगर इस कली औरत दी तौबा सारे अहले मदीना ते तकसीम की जाए ना, सारे मदीने वाले ते तकसीम हो जाए ना, ते अर्श वाला रब इस कली औरत दी तौबा दी वजह करके सारे अहले मदीना नू इन्हां दे गुनाहां नू माफ कर दे। सारे अहले मदीना दे गुनाह माफ हो जान इस औरत दी तौबा दी वजह करके। ए औरत बड़ी चंगी है, क्यों इन्हें अपने रब नू मना लिया। आ जा तू भी अपने रब नू राजी कर लै, अपने रब दे सामने आ करके दुआ करया कर। अल्लाह मेरे कोल ऐबां ते लखां खजाने, अल्लाह मेरे कोल ऐबां ते लखां खजाने, तेरे कोल माफी ते लखां बहाने। और कुर्बान जावा कुर्बान जावा दुआ करया कर के मौत आन तो पहले पहले अल्लाह पाक तेन माफी का मौका दे दे, दे। और अल्लाह पाक दे सामने गिड़गड़ा करके गया करना, अज इस रमजान दे जुमे दे अंदर कह देना कि अल्लाह मैनु मौत आए ते खात्मा बिल ईमान फरमा, अल्लाह मौत आए ते ईमान वाली देवी, अल्लाह मौत आए ते गुनाहों तो पाक वाली मौत देवी, अल्लाह मौत आए ते कुरान पढ़दियां मौत अता करी, अल्लाह मौत आए ते सलामती वाली मौत अता करी। अल्लाह मैं पढ़ता रहा कुरान अल्लाह, मेरी पढ़दियां निकले जान अल्लाह, मेरे कुल गुनाह माफ करी। आजा आजा मौका है ना, मेरे कुल गुनाह माफ करी, मेरे दफ्तरी अल्लाह साफ करी, मैं बंदा भुल निहारा हाँ, मैं बंदा भुल निहारा हाँ, आखिर हाँ
انسان اللہ میں پڑھتا رہا قرآن اللہ اور اللہ پاک فرماتے ہیں الا من تاب و آمن و عمل صالحا فرمایا یا ایھا الذین آمنوا توبوا الی اللہ توبۃ نصوحا فرمایا اللہ کو توبہ تنصورہ کر لو اور مل کر کے اللہ نو راضی کر لو آج موقع ہے پھر پتہ نہیں موقع ملنا کہ نہیں ملنا اللہ سانو اپنے گناہوں کی معافی پر منگن کی توفیق عطا فرمائے اللہ سانو ہر ویلے اپنے جین کی سلامتی کی دعا کرتے ہیں کہ توفیق عطا فرمائے اللہ کو دعا کران گے انشاءاللہ آج رج کر کے کران گے اللہ سارے گناہوں کو معاف فرما وآخر دعوانا الحمدللہ رب